ਸੰਗਤਾਂ ਦੇ ਪ੍ਰੇਮ ਨੂੰ ਠੁਕਰਾਇਆ ਨਹੀਂ, ਉਸ ਨੂੰ ਨਜ਼ਰ ਮੱਧੇ ਰੱਖਦੇ ਹੋਏ ਹਾਂ ਆਣ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦੇਣੇ ਕੀਤੇ ਹਨ। ਸੋ ਉਹਨਾਂ ਨੂੰ ਸਟੇਜ ਵੱਲੋਂ, ਸਿੱਖ ਸੰਗਤਾਂ ਵੱਲੋਂ, ਮਹਾਂਪੁਰਸ਼ਾਂ ਵੱਲੋਂ ਜੀ ਆਇਆਂ ਕਹਿੰਦੇ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਔਰ ਐਸੇ ਮੌਸਮ ਵਿੱਚ ਵੀ ਆਣ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦੇਣੇ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੀਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਚਵਰ ਛਤਰ ਤਖ ਦੇ ਮਾਲਕ ਗੁਰਤਾ ਗੱਦੀ 'ਤੇ ਬਿਰਾਜਮਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤ, ਸਾਡੇ ਅਤਿ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਦਾਸ ਜੀ, ਉਹਨਾਂ ਦਾ ਸਲਾਨਾ ਜੋੜ ਮੇਲਾ, ਜਿਵੇਂ ਅਤਿ ਸਤਿਕਾਰਯੋਗ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਸੰਤੋਖ ਦਾਸ ਜੀ ਮਨਾਉਂਦੇ ਰਹੇ ਹਨ, ਅੱਜ ਉਹਨਾਂ ਤੋਂ ਉਪਰੰਤ ਸਾਡੇ ਅਤਿ ਸਤਿਕਾਰਯੋਗ ਮਹਾਂਪੁਰਖ ਨਿਮਰਤਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਮੌਜ ਦਾਸ ਜੀ, ਉਹ ਆਪ ਸੰਗਤਾਂ ਦੇ ਸਹਿਯੋਗ ਸਦਕਾ ਮਨਾ ਰਹੇ ਹਨ, ਜਿਸ ਵਿੱਚ ਦਾਸ ਤੋਂ ਪਹਿਲਾਂ ਪੰਥ ਦੇ ਮਹਾਨ ਢਾਡੀ ਜਥੇ ਨੇ ਸੰਗਤਾਂ ਨੂੰ ਇਸ ਨਗਰ ਦੇ ਸੂਰਬੀਰ ਸ਼ਹੀਦਾਂ ਸਿੰਘਾਂ ਦੇ ਇਤਿਹਾਸ ਦੇ ਨਾਲ ਜੋੜਿਆ ਹੈ। ਔਰ ਸਾਡੇ ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ, ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਨੇ ਵੀ ਆਪ ਸੰਗਤਾਂ ਦੇ ਦਰਸ਼ਨ ਕਰਨੇ ਹਨ। ਸਰਬੱਤ ਸੰਗਤ ਨਿਮਰਤਾ ਸਹਿਤ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਜੀ, ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਨਾਮ ਜਪਣ ਵਾਲਿਆਂ ਦੀ ਬਹੁਤ ਵੱਡੀ ਮਹਿਮਾ ਕੀਤੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਆਪਾਂ ਚੌਰ ਸਾਹਿਬ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਕਿ ਜਿਹੜਾ ਨਾਮ ਜਪਣ ਵਾਲਾ ਗੁਰੂ ਕਾ ਸਿੱਖ ਹੈ ਉਹਦੇ ਸੀਸ ਉੱਤੇ ਵੀ ਚੌਰ ਹੋਣਾ ਚਾਹੀਦਾ ਹੈ। ਇਹ ਸਿੱਖਾਂ ਨੂੰ ਗੱਲ ਪਚਣੀ ਨਹੀਂ ਬਹੁਤੀ, ਪਰ ਸਾਡੀ ਜਿਹੜੀ ਸਤਿਕਾਰ ਦੀ ਮਰਿਆਦਾ ਹੈ, ਪਰ ਉਹ ਚੌਰ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਦਿਖਦਾ ਹੈ। ਸਤਿਗੁਰੂ ਕਹਿੰਦੇ ਸਿਰ ਦੇ ਵਾਲਾਂ ਨੂੰ ਲਾਹ ਕੇ ਚੌਰ ਬਣਾਵਾਂ, ਅਤੇ ਉਸ ਚੌਰ ਦੇ ਨਾਲ ਸੰਤਾਂ ਦੀ ਸੇਵਾ ਕਰਾਂ, ਉਹਨਾਂ ਦੇ ਚਰਨ ਝਾੜਾਂ, ਉਹਨਾਂ ਦੇ ਸਰੀਰ ਉੱਤੋਂ ਮੱਖੀਆਂ ਆਦਿ ਕਢਾਵਾਂ। ਇਹ ਗੁਰਬਾਣੀ ਦੇ ਵਿੱਚ ਹਿਸਾਬ ਲਾ ਲਓ ਕਿ ਸੰਤ ਦੀ ਕਿੱਡੀ ਵੱਡੀ ਮਹਿਮਾ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਭਾਗ ਠੜੇ ਹਰ ਸੰਤ ਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨ੍ਹਾਂ ਕੇ ਕਾਮਾਂ। ਭਾਵੇਂ ਕਿ ਸਿੱਖਾਂ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ, ਸਾਡੇ ਸਰੀਰ ਦੇ ਗੁਰੂ ਪੰਜ ਪਿਆਰੇ ਹਨ, ਔਰ ਸਾਡੀ ਰੂਹ ਦਾ ਗੁਰੂ, ਮਨ ਦਾ ਗੁਰੂ ਸ਼ਬਦ ਹੈ। ਪਰ ਫਿਰ ਵੀ ਇੱਕ ਸੰਤਾਂ ਦਾ ਸਤਿਕਾਰ ਕੀਤਾ ਇਸ ਸ਼ਬਦ 'ਚ, ਇਹਦਾ ਮਤਲਬ ਇਹ ਨਹੀਂ ਵੀ ਹੁਣ ਸਿਰ 'ਤੇ ਚੌਰ ਕਰਾਉਣ ਲੱਗ ਪਓ, ਚੰਦੋਏ ਲਾ ਕੇ ਬਹਿ ਜਾਓ।
इस शब्द में महात्मा का सत्कार किया गया जिहड़ा नाम जपता है बंदगी करता है प्रभु परमेश्वर वाहिगुरु का सिमरन करता है। सतगुरां का एक पावन पवित्र शब्द आता है हर की गत न को जानै जोगी जति तपी पच हारे अरबह लोग सियाने। परमात्मा का अजे तक किसी ने अंत नहीं पाया। तुसी शब्द पढ़ते हो अंत ना पावत देव सवै मुन इंद्र महाशिव योग करी हुन वेद विरंच विचार रहे हो हर जाप ना छाड़ियो एक करी। ये शब्द परमात्मा की उस्तत विच है पर इत्थे कहिंदे जिथे परमात्मा का अंत नहीं पाया जाता उत्थे सतगुरु सुखमणी साहब विच कहिंदे संत का भी नहीं अंत पाया जाता। तुसी शब्द पढ़ते हो साध की शोभा का ना ही अंत साध की शोभा सदा बेअंत। फिर इत्थे बस नहीं एक बन्ने देवी देवते जिन्हां दियां मंदरां विच मूर्तियां रखियां ने सतगुरु कहिंदे तीन देवते सब तो उच्चे मन्ने ने पर संत जिहड़ा ये तिन्हां तो भी उच्चा है। साध की शोभा ऊच ते उच्ची उच्चा किहड़ा है सब तो उच्चा है ब्रह्मा भगवान शिव भगवान विष्णु बड़े उच्चे ने पर संत की शोभा इहदे तो भी उच्ची है संत इन्हां तो भी वड्डा है। ते संत की कर सकता है ते संत दा सुभा किदां दा है सतगुरु कहिंदे नानक भोजन अनक प्रकारेण निंदक आवत होए उपतिष्ठते। एक बंदा बंदूक लैके पिस्तौल लैके सिर ते ला के खलोता होवे भी तेनू सादा गोली मारनी मैं असली संत तेनू गोली मारनी आ मैं। एक ते सिर ते बंदूक ला के खलोता है भी गोली मारनी तेनू ते दूसरा अगे रंग बिरंगे भोजन प्रशादे थालियां च पा के मठियाइयां लैके खलोता भी खा। एक सेवा करन आया ते एक आया मारन ते जिन्हों दोवां च फर्क नहीं देखता कहिंदे ओ संत है होर कौन संत है दुनिया होर कोई संत नहीं है दुनिया। जिहदे विच वैर भाव नहीं वह संत है। किड्डे किड्डे महापुरश संसार ते होए बीबियां नूं वेख के मैनूं एक गल चेते आ गई कोई जट घोड़ी लई जांदा सी आप जी तुसीं जाणदे पुराने समय खूह दे हल्ट लगे होंदे सी ते जदों उहनूं गेड़दे सी ते उह जिहड़ा कुत्ता टक टक करदा उह खूह तों पाणी निकले ते जट ने घोड़ी नूं पाणी पिआउणा पिआउणा सी ते जदों कुत्ता टक टक करे वजे ते उह घोड़ी त्रपक जे जे वह खूह बंद करे तो पानी निकलना बंद हो जाए। वो मुसाफर कहिंदा जिमीदारा खूह गेड़ना बंद कर घोड़ी नूं पानी पी लैण दे। बीबी वो माड़ा जिहा ध्यान नाल सुणियो जदों खूह गेड़ना बंद करे हल्ट गेड़ना बंद करे तो पानी निकले ही ना। अखीर फिर जट ने पता की किया आ जिन्ने महापुरख बैठे मेरे तो बाद बोलना जां पहला बोल गए मैं तुहानूं भी दसदा तुसीं बोलना। ओ कहिंदा मुसाफर नूं भी जे सज्जना पाणी पिआउणा घोड़ी नूं इह ते टक टक दे विच ही पीणा पैणा ते मैनूं जापदा आपां जिन्नी कथा सवेर तों करनी जिन्ने ढाडी लगणे ऐ रौले च ही लगणे ने सारे।
ਇੱਥੇ ਤੁਸੀਂ ਮਹਾਂਪੁਰਖਾਂ ਦੇ ਸੰਗਤ 'ਚ ਆਏ ਆ, ਘਰ ਦਾ ਕੰਮ ਵੀ ਛੱਡਿਆ। ਜੇ ਇੱਥੇ ਮਨ ਨਹੀਂ ਟਿਕਾਉਣਾ, ਬਿਰਤੀ ਨਹੀਂ ਟਿਕਾਉਣੀ, ਬਾਹਰਲੀਆਂ ਗੱਲਾਂ ਨਹੀਂ ਕਰਨੀਆਂ, ਤੇ ਮਹਾਰਾਜ ਕਹਿੰਦੇ ਨੰਦ ਲਾਲ ਜੀ ਜਿਹੜਾ ਸੰਗਤ 'ਚ ਬਾਹਰਲੀ ਗੱਲ ਕਰਦਾ ਉਹ ਨਰਕਾਂ ਦਾ ਭਾਗੀ ਬਣਦਾ, ਇਹਦੇ ਨਾਲੋਂ ਉੱਠ ਕੇ ਤੇ ਘਰੇ ਚਲ ਜਾਓ। ਇਹ ਭਾਈ ਸਾਹਿਬ ਨੇ ਰਹਿਤਨਾਮਿਆਂ 'ਚ ਲਿਖਿਆ ਹੈ। ਇੱਥੇ ਪੂਰਾ ਪੂਰਾ ਲਾਭ ਤਾਂ ਮਿਲਣਾ ਹੈ ਜੇ ਇੱਥੇ ਸੁਰਤ ਜੋੜ ਕੇ ਬਹੋਗੇ। ਟਾਈਮ ਤਾਂ ਤੁਸੀਂ ਖਰਾਬ ਕੀਤਾ ਹੀ ਆ, ਘਰ ਦਾ ਕੰਮ ਤਾਂ ਛੱਡਿਆ। ਜੇ ਸਫਲਾ ਕਰਨਾ ਹੈ ਤਾਂ ਫਿਰ ਚਿੱਤ ਜੋੜ ਕੇ ਸੁਣੋ, ਜੇ ਖਰਾਬ ਕਰਨਾ ਤਾਂ ਫਿਰ ਐਦਾਂ ਰੌਲਾ ਪਾਓ। ਗੱਲ ਕਰ ਰਿਹਾ ਸੀ ਸੰਤਾਂ ਦੀ ਦਸਾਂ ਮਿੰਟਾਂ 'ਚ, ਮੇਰਾ ਬੋਲਣ ਦਾ ਵਿਚਾਰ ਨਹੀਂ ਸੀ। ਮੈਂ ਵੈਸੇ ਮਹਾਂਪੁਰਖਾਂ ਦੇ ਮੇਰੇ ਸਤਿਕਾਰਯੋਗ ਭਾਈ ਗੁਰਮੀਤ ਸਿੰਘ ਜੀ ਮੁਕਤਸਰ ਸਾਹਿਬ ਵਾਲੇ, ਉਹਨਾਂ ਮੈਨੂੰ ਹੁਕਮ ਲਾਇਆ ਸੀ ਕਿ ਦਮਦਮੀ ਟਕਸਾਲ ਵੱਲੋਂ ਹਾਜ਼ਰੀ ਭਰੋ। ਭਾਵੇਂ ਕਿ ਸਾਡਾ ਪਰਿਵਾਰ ਸੰਤ ਬਾਬਾ ਸੰਤੋਖ ਦਾਸ ਜੀ ਵੇਲੇ ਇੱਥੇ ਹਾਜ਼ਰੀ ਭਰਦਾ ਰਿਹਾ ਹੈ, ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ ਇੱਥੇ ਆਉਂਦੇ ਰਹੇ ਨੇ। ਥੋੜ੍ਹੇ ਜਿਹੇ ਦਿਨ ਹੋਏ ਨੇ, ਅਸੀਂ 350 ਸਾਲਾਂ ਮਨਾਇਆ ਹੈ, ਚੱਕ ਨਾਨਕੀ ਦਾ ਨਾਂ ਰੱਖਿਆ ਆਨੰਦਪੁਰ ਸਾਹਿਬ, ਸਾਰੇ ਦੱਸਣਗੇ। ਪਰ ਚੱਕ ਨਾਨਕੀ ਦਾ ਆਨੰਦਪੁਰ ਸਾਹਿਬ ਨਾਮ ਰੱਖਿਆ ਕਿਵੇਂ ਇਹ ਕੋਈ ਨਹੀਂ ਦੱਸਦਾ, ਵਿਦਵਾਨ ਕਿਉਂ ਗ੍ਰੰਥਾਂ 'ਚ ਨਹੀਂ ਲਿਖਿਆ ਹੈ? ਅਤੇ ਸਾਰੀਆਂ ਗੱਲਾਂ ਸੱਜਣੋਂ ਲਿਖੀਆਂ ਵੀ ਨਹੀਂ ਹੁੰਦੀਆਂ। ਦੋ ਤਰ੍ਹਾਂ ਦੀ ਹਿਸਟਰੀ ਹੈ, ਇੱਕ ਲਿਖਤੀ ਰੂਪ 'ਚ, ਇੱਕ ਪਰੰਪਰਾ ਰੂਪ 'ਚ ਜਿਹੜੀ ਗਾਂਹ ਦੀ ਗਾਂਹ ਤੁਰੀ ਆਉਂਦੀ ਹੈ। ਲਿਖਣਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਲੋਕਾਂ ਦੇ ਦਿਮਾਗ ਘੱਟ ਗਏ, ਜ਼ਬਾਨੀ ਚੇਤੇ ਹੋਣੋਂ ਗੱਲਾਂ ਰਹਿ ਗਈਆਂ। ਤੁਸੀਂ ਕਹੋਗੇ ਕਿ ਗੁਰਬਾਣੀ ਦੇ ਪੋਥੀਆਂ, ਹਾਂ ਕਹਿੰਦੇ, ਉਦੋਂ ਲਿਖਣੀਆਂ ਸ਼ੁਰੂ ਹੋਈਆਂ ਜਦੋਂ ਦਿਮਾਗ ਘੱਟ ਕੇ ਜ਼ਬਾਨੀ ਕੰਠ ਨਹੀਂ ਹੁੰਦੀਆਂ। ਜਿੰਨਾ ਚਿਰ ਜ਼ਬਾਨੀ ਕੰਠ ਸੀ ਉਨਾ ਚਿਰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਚੇਤੇ ਕਰਾਉਂਦੇ। ਚੱਕ ਨਾਨਕੀ ਦਾ ਨਾਂ ਆਨੰਦਪੁਰ ਸਾਹਿਬ ਰੱਖਿਆ, ਅਤੇ ਸ਼੍ਰੋਮਣੀ ਕਮੇਟੀ ਨੇ ਇੱਕ ਸੋਵੀਨਰ ਛਾਪਿਆ ਹੈ, ਮੈਂ ਉਹ ਸਾਰਾ ਫੋਲ ਮਾਰਿਆ, ਮੈਨੂੰ ਨਹੀਂ ਲੱਭਾ ਵੀ ਕਿਉਂ ਰੱਖਿਆ। ਇਹ ਜ਼ਰੂਰ ਆਉਂਦਾ ਦਸਵੇਂ ਪਾਤਸ਼ਾਹ ਦੀ ਬਾਣੀ 'ਚ ਕਿ ਜਦੋਂ ਪੌਂਟੇ ਸਾਹਿਬ ਤੋਂ ਅਸੀਂ ਇੱਧਰੋਂ ਮੁੜ ਕੇ ਆਏ ਅਤੇ ਆਣ ਕੇ ਆਨੰਦਪੁਰ ਨਾਂ ਦਾ ਪਿੰਡ ਬੰਨ ਲਿਆ। ਬਚਿੱਤਰ ਨਾਟਕ 'ਚ ਬਸ ਇੰਨਾ ਕੀ ਆਉਂਦਾ। ਤੁਸੀਂ ਹੈਰਾਨ ਹੋਵੋਗੇ, ਮੈਂ ਫਿਰ ਦਮਦਮੀ ਟਕਸਾਲ ਦੇ ਮੁਖੀ ਨੂੰ ਪੁੱਛਿਆ ਕਿ ਸੰਤ ਜੀ ਤੁਸੀਂ ਦੱਸੋ ਕਿ ਇਹਦਾ ਨਾਂ ਆਨੰਦਪੁਰ ਸਾਹਿਬ ਕਿਉਂ ਰੱਖਿਆ, ਕਿਸੇ ਹਿਸਟਰੀ 'ਚ ਨਹੀਂ ਆਉਂਦਾ, ਲਿਖਤੀ 'ਚ। ਉਹਨਾਂ ਨੇ ਆਖਿਆ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਗਰਾਂ ਨਗਰਾਂ ਦਾ ਦੇਸ਼ ਦਾ ਪ੍ਰਚਾਰ ਕਰਕੇ ਵਾਪਸ ਪਹੁੰਚੇ ਚੱਕ ਨਾਨਕੀ, ਅਤੇ ਸਾਹਿਬਜ਼ਾਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦ ਸਾਹਿਬ ਦਾ 40 ਪੌੜੀਆਂ ਦਾ ਪਾਠ ਕੀਤਾ। ਮਹਾਰਾਜ ਨੇ ਗੋਦ 'ਚ ਪਾਇਆ ਅਤੇ ਸਾਹਿਬਜ਼ਾਦੇ ਨੂੰ ਪੁੱਛਦੇ ਨੇ, ਲਾਲ ਜੀ ਕਿੰਨੀ ਕੁ ਬਾਣੀ ਜ਼ਬਾਨੀ ਚੇਤੇ ਕੀਤੀ, ਕੀ ਆਪਣੇ ਬੱਚਿਆਂ ਨੂੰ ਪੁੱਛਿਆ ਅਜੇ ਤੱਕ? ਕੀ ਤੁਹਾਡੇ ਬੱਚਿਆਂ ਨੂੰ ਜਪਜੀ ਸਾਹਿਬ ਜ਼ਬਾਨੀ ਚੇਤੇ ਹੈ? ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦ ਸਾਹਿਬ ਪੂਰਾ ਸੁਣਾਇਆ ਕਿ ਮੈਨੂੰ ਜ਼ਬਾਨੀ ਚੇਤੇ ਆ ਆਨੰਦ ਸਾਹਿਬ। ਅਤੇ ਸਤਿਗੁਰਾਂ ਨੇ ਇਸ ਗੱਲ ਤੋਂ ਖੁਸ਼ ਹੋ ਕੇ ਆਖਿਆ, ਅੱਜ ਤੋਂ ਇਸ ਪਿੰਡ ਦਾ ਨਾਮ ਹੀ ਆਨੰਦਪੁਰ ਸਾਹਿਬ ਪਵੇਗਾ, ਇਹਨੂੰ ਆਨੰਦਪੁਰ ਸਾਹਿਬ ਕਿਹਾ ਕਰੇਗੀ ਸੰਗਤ। ਉਸ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਇੱਥੇ ਵਿਦਵਾਨ ਬਾਬਾ ਜੀ ਬੈਠੇ ਨੇ, ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾ ਹੁਣ ਗਾਂਹ 'ਤੇ ਕੋਈ ਪੜ੍ਹਦਾ ਨਹੀਂ ਆ। ਪੁਰਾਣੇ ਉਦਾਸੀ ਸੰਤਾਂ 'ਚ ਸਵਾਮੀ ਤੋਤਾਪੁਰੀ ਵਰਗੇ ਬੜੇ ਵੱਡੇ ਵੱਡੇ ਵਿਦਵਾਨ ਹੋਏ ਨੇ, ਪੰਡਿਤ ਈਸ਼ਰ ਸਿੰਘ ਜੀ ਵਰਗੇ ਨਿਰਮਲੇ ਹੋਏ ਨੇ ਦੋਧਰ ਵਾਲੇ, ਜਿਨ੍ਹਾਂ ਨੂੰ ਚਾਰ ਚਾਰ ਵੇਦ ਜ਼ਬਾਨੀ ਚੇਤੇ ਸੀ। ਆਨੰਦ ਸ਼ਬਦ ਕਿੱਥੋਂ ਬਣਿਆ, ਕਿੱਥੋਂ ਪੈਦਾ ਹੋਇਆ, ਕੀ ਪਤਾ ਕਿਸੇ ਨੂੰ? ਆਨੰਦਪੁਰ ਸਾਹਿਬ ਦਾ ਮਤਲਬ ਕੀ ਆ ਦੱਸੋ ਮੈਨੂੰ। ਸੌਖਾ ਜਿਹਾ ਕਹੋਗੀ ਜੀ ਖੁਸ਼ੀ ਖੇੜਾ,
ਕਹਿੰਦੇ ਨਹੀਂ ਵਿਆਕਰਨ ਮੁਤਾਬਕ ਨਹੀਂ ਆ, ਉਦਾਂ ਤੇ ਜੋ ਮਰਜ਼ੀ ਮੇਲੇ ਮਨਾਈ ਜਾਓ। ਆਨੰਦ ਸ਼ਬਦ ਬਣਿਆ ਹੈ ਟੋਨ ਨਦੀ ਸਿਮ੍ਰਿਤੋ ਧਾਤੂ ਤੋਂ। ਸੰਸਕ੍ਰਿਤ ਵਿੱਚ ਕੁਝ ਧਾਤੂਆਂ ਆਉਂਦੀਆਂ ਜਿਸ ਤੋਂ ਸ਼ਬਦ ਪੈਦਾ ਹੁੰਦਾ ਹੈ। ਟੂ ਦੀ ਟੈਂਕੇ ਦੀ ਇੱਤ ਸਿੰਧਿਆ ਕਰਕੇ ਵੱਜਦਾ ਨਦ ਤੇ ਐੜਾ ਲਾ ਕੇ ਬਣਦਾ ਅਨਦ, ਤੇ ਜਿਹਦਾ ਮਤਲਬ ਹੈ ਸਮ੍ਰਿਧੀ ਚੜ੍ਹਾਈਆਂ। ਕਿਸੇ ਗੱਲ ਦੀ ਕਮੀ ਨਹੀਂ, ਸਮ੍ਰਿਧੀ ਚੜ੍ਹਦੀ ਕਲਾ। ਪਰ ਤੁਸੀਂ ਸੋਚ ਕੇ ਦੱਸੋ, 350 ਸਾਲ ਹੋ ਗਿਆ ਅਨੰਦਪੁਰ ਦਾ ਮਤਲਬ ਹੈ ਚੜ੍ਹਦੀ ਕਲਾ, ਸਮ੍ਰਿਧੀ ਸੰਸਕ੍ਰਿਤ ਮੁਤਾਬਕ। ਪਰ ਕਿੰਨੀ ਕੁ ਚੜ੍ਹਦੀ ਕਲਾ ਸਾਡੇ ਮੁੰਡਿਆਂ ਨੇ ਸਿਰ ਮੂੰਹ ਬਣਾ ਤੇ, ਕਿੰਨੀ ਕੁ ਚੜ੍ਹਦੀ ਕਲਾ ਦੱਸੋ। ਤੁਸੀਂ ਪ੍ਰੇਮ ਨਹੀਂ ਕਰਦੇ ਇੱਕ ਦੂਜੇ ਨਾਲ, ਜੇ ਕੋਈ ਐਸੀ ਭਾਈਚਾਰੇ ਦਾ ਰੰਗਰੇਟਾ ਸਿੱਖ ਆ ਉਹਨੂੰ ਤੁਸੀਂ ਘਰ ਵੜ ਕੇ ਰਾਜੀ ਨਹੀਂ, ਉਹ ਈਸਾਈ ਬਣੀ ਜਾਂਦੇ ਨੇ। ਸਿੱਖਾਂ ਦੀ ਗਿਣਤੀ 2 ਕਰੋੜ ਰਹਿ ਗਈ ਆ ਪੰਜਾਬ ਦੇ ਵਿੱਚ, ਅਤੇ ਈਸਾਈਆਂ ਦੀ ਗਿਣਤੀ 2,30,00,000 ਹੋ ਗਈ ਹੈ। ਕਿੱਥੋਂ ਆ ਗਈ? ਉੱਤੋਂ ਉਤਰੇ ਨੇ, ਤੁਹਾਡੇ ਵਿੱਚੋਂ ਉਹ ਈਸਾਈ ਬਣਾਈ ਜਾ ਰਹੇ ਨੇ। ਔਰ ਸਾਡਾ ਧਿਆਨ ਜਿਹੜਾ ਹੈ, ਖਾ ਲਿਆ ਪੀ ਲਿਆ ਨਜ਼ਾਰੇ ਲੈ ਲਏ, ਸਾਨੂੰ ਕੀ ਭਾਵੇਂ ਸਾਰੇ ਬਣ ਜਾਣ ਈਸਾਈ? ਅੱਜ ਸਾਨੂੰ ਪੰਥ ਵਿੱਚ ਕਿੰਨੀਆਂ ਚੁਣੌਤੀਆਂ ਨੇ। ਮੇਰੇ ਤੋਂ ਪਹਿਲਾਂ ਗਿਆਨੀ ਜੀ ਕਹਿ ਰਹੇ ਸੀ, ਵੱਢਿਆ ਇੱਕ ਮਾਰਿਆ ਮੱਸਾ ਇੱਕ, ਅਤੇ ਉਹਦੇ ਵੰਡੇ ਹਜ਼ਾਰਾਂ ਕਤਲ ਕੀਤੇ। ਅਤੇ ਤੁਸੀਂ ਭੁੱਲ ਗਏ 1984 ਨੂੰ ਮਾਰੀ ਬੀਬੀ ਇੰਦਰਾ ਗਾਂਧੀ ਇੱਕ, ਤੇ ਕਿੰਨੇ ਮਾਰੇ ਨੇ ਉੱਥੇ ਦਿੱਲੀ ਦੇ ਵਿੱਚ? ਵਿਦਵਾਨਾਂ ਮੁਤਾਬਕ 2800 ਆ, ਪਰ ਗੁੱਸਾ ਨਾ ਕਰਿਓ, 17,000 ਧੀਆਂ ਭੈਣਾਂ ਦੀ ਉੱਥੇ ਪੱਤ ਲਾਈ ਗਈ, ਉਹ ਕਿਉਂ ਨਹੀਂ ਲਿਖਦੇ ਬਈ? ਹਿੰਦੁਸਤਾਨ ਦੀ ਸਰਕਾਰ ਤੇ ਸਾਰੀ ਉਮਰ ਮੂੰਹ ਕਾਲਾ ਹਿੰਦੁਸਤਾਨ, ਜਿਹੜਾ ਕਦੀ ਮਿਟਣਾ ਨਹੀਂ, ਪਰ ਉਹ ਕਿਉਂ ਲਿਖਣਗੇ? ਆਪਦੀ ਅਸਲੀਅਤ, ਆਪਦੀ ਕਰਤੂਤ ਕਿਉਂ ਦੱਸਣਗੇ? 1984 ਦਾ ਅਟੈਕ ਹੋਇਆ, ਸੰਤ ਸ਼ਹੀਦੀ ਪਾ ਗਏ ਸੰਤ ਬਾਬਾ ਜਰਨੈਲ ਸਿੰਘ ਜੀ। ਉਹਦੇ ਬਾਅਦ 1984 ਤੋਂ ਬਾਅਦ 97 ਤੱਕ ਕਿੰਨੇ ਸਿੰਘ ਮਾਰੇ ਗਏ ਦੱਸੋ? ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਮਾਪਿਆਂ ਦੇ ਬੱਚੇ ਸ਼ਹੀਦ ਕੀਤੇ ਗਏ ਨੇ। ਜ਼ਕਰੀਆ ਖਾਨ ਨੇ ਤੇ ਇੱਕ ਬਦਲੇ 10,000 ਮਾਰਿਆ ਹੋਊਗਾ, ਪਰ ਆ ਜਿਹੜੀ ਸੈਂਟਰ 'ਚ ਸਰਕਾਰ ਬੈਠੀ ਹੈ, ਇਹਨੇ ਇੱਕ ਬਦਲੇ 2,500,000 ਮਾਰਿਆ ਹੈ। ਇਹ ਜ਼ਕਰੀਆ ਖਾਨ ਤੋਂ ਘੱਟ ਨਹੀਂ, ਪਰ ਅਸੀਂ ਇਹਦੀ ਗੱਲ ਨਹੀਂ ਕਰਦੇ, ਕਿਉਂ? ਸਾਨੂੰ ਫੜ ਕੇ ਅੰਦਰ ਦੇਣਗੇ। ਅਤੇ ਸਭ ਤੋਂ ਦੁੱਖ ਦੀ ਗੱਲ, ਜੇ ਕੋਈ ਗੱਲ ਕਰਦਾ ਏਜੰਸੀਆਂ ਉਹਦੇ ਮਗਰ ਇੱਦਾਂ ਲੱਗੀਆਂ, ਉਹਨੂੰ ਇਹੋ ਜਿਹਾ ਬਦਨਾਮ ਕਰਦੀਆਂ, ਉਹ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਸਾਡੇ ਕੁਝ ਸਿਆਸੀ ਲੀਡਰਾਂ ਨੇ ਸੰਤਾਂ ਦੀਆਂ ਫੋਟੋਆਂ ਪਾੜੀਆਂ, ਕਈ ਕਹਿੰਦੇ ਜੀ ਆ ਸਿੱਖ ਬੜੇ ਲੜਦੇ ਨੇ, ਇਹ ਲੜਦੇ ਰਹਿੰਦੇ ਨੇ, ਦੰਗਾ ਹੀ ਇਹਨ ਗੁਰ ਕਿਸੇ ਮੰਗਾ, ਸਤਿਗੁਰਾਂ ਦਾ ਵਾਰਾ ਨਾ ਸਾਨੂੰ ਲੜਦੇ ਰਹਿਣ ਦਾ, ਦੰਗਾ ਹੀ ਇਹਨ ਗੁਰ ਸੇ ਮੰਗਾ। ਅਤੇ ਕਿਸੇ ਸਿਆਣੇ ਨੇ ਆਖਿਆ, ਜਿਹੜੀ ਕੌਮ ਸੁਚੇਤ ਹੁੰਦੀ ਉਹ ਲੜਦੀ ਆ, ਬਾਕੀ ਨਹੀਂ ਲੜਦੇ। ਇਹਦਾ ਮਤਲਬ ਇਹਨਾਂ 'ਚ ਐਨਰਜੀ ਹੈ, ਇਹਨਾਂ 'ਚ ਸਾਵਧਾਨਤਾ, ਜੇ ਅਸੀਂ ਲੜਦੇ ਹਾਂ ਅਤੇ ਤਾਂ ਵੀ ਇਹ ਸਾਡੀ ਕਮਜ਼ੋਰੀ ਨਹੀਂ, ਅਜੇ ਵੀ ਸਾਡੇ 'ਚ ਸਾਵਧਾਨਤਾ ਹੈ, ਅਸੀਂ ਮਰੇ ਨਹੀਂ ਹਾਂ। ਇਹ ਲੜਾਈ ਕਰਨਾ ਵੀ ਸਾਡਾ ਜਿਹੜਾ ਮਕਸਦ ਹੈ, ਕੌਮ ਦੀ ਸੁਚੇਤਤਾ, ਇਹ ਵੀ ਇੱਕ। ਚਲੋ, ਬੜੇ ਬੜੇ ਸਿੰਘਾਂ ਨੇ ਜਦੋਂ ਫੋਟੋਆਂ ਪਾੜੀਆਂ, ਸਿੰਘ ਵੀ ਜਲਾਲ 'ਚ ਆ ਗਏ, ਇਹਨਾਂ ਵੀ ਸਜ਼ਾ ਦਿੱਤੀ। ਪਰ ਇੱਥੋਂ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਅੱਜ ਸੰਤ ਜਰਨੈਲ ਸਿੰਘ ਟਕਸਾਲ ਦਾ ਨਹੀਂ ਰਹਿ ਗਿਆ, ਉਹ ਸਾਰੀ ਕੌਮ ਦਾ ਬਣ ਚੁੱਕਾ ਹੈ, ਉਹ ਸਾਰੇ ਪੰਥ ਦਾ ਬਣ ਚੁੱਕਾ ਹੈ। ਪਰ ਮੈਂ ਬੇਨਤੀ ਕਰਾਂ, ਉਦਣ ਦਮਦਮੀ ਟਕਸਾਲ ਦੇ ਮੁਖੀ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜਿਹੜੀ ਕੰਨਾਂ ਦੇ ਨਾਲ ਸੁਣੀ ਗੱਲ ਹੋਵੇ ਉਹ ਹੋਰ ਹੁੰਦੀ ਹੈ, ਮੇਰੇ ਸਾਹਮਣੇ ਸਪੀਚ ਦਿੱਤੀ ਹੈ 15 ਮਿੰਟ ਬੀਜੇਪੀ ਦੇ ਸਾਹਮਣੇ,
बीजेपी कहती है हिंदुओं का तो सिखा का नौ मास का रिश्ता है, ठीक है। बाबा हरनाम सिंह कहता झूठ मारते हैं, साडा किसी ना रिश्ता नहीं, साडा धर्म के नाल रिश्ता है, साडा कौम के नाल नहीं, साडा धर्म के नाल नौ मास का रिश्ता, नौवें पातशाह ने धर्म की खातर शहीदी दिती। तो उत्थे सामने उन्होंने कह दिता गया भी साडे सिंह छड़ो जिन्हां नूं 20-20 साल हो गए, पर यह गल पचदी आ सेंटर नूं किते। उसे वेले एक खबर नकली जी बनाई जी, बाबा हरनाम सिंह कहिंदा आनंदपुर साहब का नाम बदल दो, एक नवी खबर कढ मारी है। तो जिन्हें वो सारी रिकॉर्डिंग सुनी उन्हूं पता लग गया भी बाबा हरनाम सिंह सही गल करता पिया, पर इन्हां तों पचणी ही नहीं किसे तों। इस करके जिथे कौम दे विच पहली गल तुहाडे भरा ईसाई बनी जांदे आ, की तुसी कीता अजे तक उन्हां नूं रोकण लई? कीता कदी कट्ठे हो के चार बंदे उहदे घरे गए भी क्यों बणिया? कनेडा दे विच जिहड़े मुसलमान ने ना, उन्हां चों कोई मुसलमान मसीह च ना आवे बाबा जी, वह सारा कमेटी गुरद्वारे की मान लो तुसी, वो सारी कट्ठी हो के उहदे घरे जांदी आ भी दस क्यों नहीं आउंदा, वह भावें गालां क्यों ना कढे उह सुणदे ने, पर तू मसीह च जरूर आया कर। तो आप पता की कहने, जे गांह गुरद्वारे वड़िया वेखी तेरिया लत्तां छांकदा, मैं कह वेखी तेरा लक तत्ता करता, तेनों बंदे का पुत वेखी बनाउंदा, तू आई सही। जिथे कौम दे विच ए है उत्थे पतत पुणा। ते तीसरा, साडे नौजवान ना मर्द होई जा रहे, नशे कर करके बेड़ा गर्क होई जा रहे। अगे तो नौजवान सी, माफ करो जिहड़ियां तुहाडियां बच्चियां कालजां च पढ़न जांदियां, वह भी रात नूं शराब पी के सौंदियां ने, वह भी नशा करदियां ने। तुहानूं की, तुसीं ते इत्थे बैठो, तुहानूं की पता उत्थे की पढ़दा पिया को? जिथे धर्म की तब्दीली, पतत पुणा, नशा, उत्थे सिंह साहब जी ने पिछे जे हुक्मनामा दिता सी, सिखो अपनी गिणती वल वेखो, तुहाडी गिणती घटदी जा रही है। तो साडे वीर पता की कहिंदे जी, शेर कल्ला ही बड़ा हुंदा। कमाल हो गई बई, इत्थे डेमोक्रेसी का राज आ, कल्ले दा थोड़ी राज, शेर कल्ला बड़ा हुंदा। 20 गिद्दड़ रल के एक शेर मार दिंदे, शेर कल्ले तो की करवाउणा तूं बई? उत्थे साडी गिणती का भी बहुत वड्डा मसला फसिया पिया, 90 लख घाटा पिया सिख का, 90 लख। उहदियां कई मजबूरियां ने, गरीबी ज़्यादा आ गई है, गल तो इन्नी की है, मैं सिंह साहब जी को समा दवा। तो कुछ साडे वीर कहिंदे नहीं, गिणती च नहीं यकीन रखना चाहिए, क्वालिटी च यकीन रखना चाहिए, ठीक कहिंदे हो। क्वालिटी हुंदी ब्रह्म ज्ञानी संतां च, जिन्हां दी बरसी मनाउंदे हो, मन साचा मुख साचा सो। पर इत्थे वोटां दा राज है, तुसी किसे भी धड़े ना, कांग्रसी हो, अकाली हो, कामरेड हो, जो भी हाँ तुसी, ये भी सिंह साहबां ने जिहड़ी गल कीती इहदे वल भी ध्यान दो। पंजाब च सारा 1,40,00,000 सिख आ, 80-90 लख तां हिंदू परिवार ने। चलो हिंदू माड़े नहीं, बंदे सारिआं च माड़े हुंदे, सिखां च किहड़ा नहीं माड़े जम्मे, पर 1,40,00,000 च तुसीं दसो भी अमरधारी किन्ने आ बई? उहदे विचे ही रंगरेटे भी उहदे विचे ही आ, रवदासीए भी उहदे विचे ही आ, भगत सैन नाई का परिवार भी उहदे विचे, एवें भुलेखे च ना रह गए भी शायद तुसीं 1,40,00,000। तो उहदे विचों तुसीं गुस्सा ना करो, बाबे नूर महलीए दे किन्ने जांदे आ 1,40,00,000 च? ब्यास लागे डेरा वा राधा स्वामियों का, उत्थे किन्ने जांदे हो? ते गुरु ग्रंथ साहिब नूं किन्ने मानदे हो? ओ 1,40,00,000 च भी 100 दे करीब वंड आ, 100 दे करीब। ते ओ ज्ञानी दित्त सिंह जी ने बड़ा सोहना लिखिया, कुछ ढोल टमक्का सरवर दा, कुछ हिड़वस बाबे नानक दी। कोई सरवर नूं मन्नी जांदा है, कोई बाबे वडभाग सिंह नूं मन्नी जांदा है। सो महापुरखां दी बरसी ते आए हो, महापुरखां ने किन्नू मन्निया है?
संत बाबा संतोख दास जी कई सिख साढ़े उदासियां दे उल्ट बोली जाते, निर्मलियां दे उल्ट बोली जाते, कहिंदे जी उदासियां करके बड़ा नुकसान होया कौम दा, यह भुलेखा कर दो। ये उदासी संत ने जिन्हां ने आ सारे सिख बनाए हैं, पहला सब हिंदू परिवार सी ये सारे, जिन्नी सिखी तुसीं अज देखदे हो ये उदासी संतां दी मेहनत। हाँ माड़े बंदे हरेक चाहुंदे, अज दे बंदे बहुत चंगे, अज नहीं शराब पीते गुरुद्वारियां च बह के। जे एक महंत नारायणू शराब पींदा सी, कंजरी नचाउंदा सी, ते अज ते मच्छी शरेआम खांदे गुरुद्वारे, अज नहीं बंदे माड़े। अज श्रोमणी कमेटी च सारे ब्रह्म ज्ञानी आ, साडे वीर जिन्ने भी आ सारे ब्रह्म ज्ञानी, साडा भी कसूर है ते कसूर कुछ उन्हां संतां दा भी है। इन्हां संतां दे पास बाबा मौजदास जी बैठे ने, 5-5 हज़ार एकड़ पैली सी, 5-5 हज़ार महाराजा रणजीत सिंह जी ने लाई। आनंदपुर साहब का 350 साल मनाया, ज्ञानी जी सैकटरी ने किसी नूं पुछो भी पहला सेवादार कौन सी आनंदपुर साहब का, वो सी बाबा गुरबख्श उदासी साध सी, ते उहदा गुरु बाबा महादेव साध दोवां ने सेवा की आनंदपुर साहब छड़न तो बाद। किहड़े सिख ने सेवा की है दसो बई, गल्लां करनियां बड़ियां सौखियां, मैं समाप्ति करा। 5-5 हज़ार एकड़ सी इन्हां दे कोले, ते जदों साडे सिखां ने पैलियां वेखियां ते मूँह च पानी भर गया, ते मरला नहीं छड्डदे किसे दा। ते कानून इह सी जिथे गुरु ग्रंथ साहिब रहूगा उत्थे कमेटी कब्जा करेगी, कर सकदी अज वी कर लवेगी, ते जिथे गुरु ग्रंथ साहिब नहीं रहेगा उत्थे ओह डेरा बनिया रहेगा। हुण देखो दो तरह के चंगे असीं वी नहीं आ, असीं फिर पैली दी खातर जिहड़े चंगे चंगे संत सी ना वह भी मारे, फिर जमीना दी खातर, ते जिहड़े फिर राजनीति समझदे सी उन्होंने फिर माफ करियो तुसीं, गुरु ग्रंथ साहिब ही गुरुद्वारियां चों बाहर कढ़ते। अज पंजाब दे विच सारे हिंदुस्तान च करोड़ां अरबां दी जायदाद उदासी संतां दी, पर उत्थे गुरु ग्रंथ साहिब नहीं होना। गलत कीता कि ठीक कीता बई, कहिंदे पैली जाऊगी फिर इहदे नालों गुरु ग्रंथ साहिब है भी जावे फिर, पर नहीं। आ जिन्हां तो तुसीं बैठे हो ये वह संत आ, ये वह संपर्दा है जिन्हें पैली छड्डती पर गुरु ग्रंथ साहिब नहीं छड्डिया, अजे भी उत्थे प्रकाश हुंदा। ये कुछ चोणवें संत ने पंजाब दे विच जिन्हां कोले गुरु ग्रंथ साहिब का प्रकाश हुंदा, बाबा श्री चंद दी संपर्दा। एक वो संत सी जिन्हां पैली रख ली, गुरु कढ़ता भी बाबे श्री चंद दी मूर्ति ला लांगे होर की आ, भावें कि बाबा श्री चंद मूर्ति दे बिल्कुल उल्ट सी, गुरु नानक देव साहब का साहब ज्यादा। एक वो संत जिन्हें पैली रख ली, गुरु कढ़ता, तो एक ये संत जिन्हें गुरु रख लिया तो पैलियां की परवाह नहीं की इन्हां दे वड्डियां, इदां दे बड़े थोड़े ने। इस करके इक्के रसे ना वलेटिया करो भी उदासी इदां दे, निर्मले इदां दे, इन्हां दी बड़ी वड्डी कुरबानियां होईयां भुलां चुकां दी खिमा। अगे वास्ते सारी संगत ने समत बख्शनी, सत्कारयोग सिंह साहब जी बाबा जी बैठे, मैं समा थोड़ा जिहा प्रचार करदा वध लै गया, खिमा दा जाचना करदा हाँ जी। वाहिगुरू जी का खालसा। वाहिगुरू जी का खालसा, वाहिगुरू जी की फतेह। किसन भाई जीवा सिंह जी जिन्हां ने अज दे हालात ते चरणा पाया, समा भावें थोड़ा सी पर सरोते बैठ करके ज़्यादा भी लग गया, कोई गल नहीं। हुण मैं बेनती करूँगा निम्रता साहित ज्ञानी जगतार सिंह सिंह साहब होरां नूं, वह भी सिख संगतां दे मुखातब हो के गुरु दियां घर दियां विचारां सांझियां करन और हाजरियां लवाउण। वाहिगुरू जी का खालसा, वाहिगुरू जी की फतेह। वाहे गुरु साहेब जी।